ਹੇ ਗਾਇਜ਼ ਵੈਲਕਮ ਟੂ ਰਿਕਰੂਟਮੈਂਟ ਸੀ ਜੀਕੇ ਤੋ ਗਾਇਜ਼ ਪੀਟ੍ਰਿਪਲਸਬੀ ਜਾਨਕੀ ਪੰਜਾਬ ਸਰਵਿਸ ਸਿਲੈਕਸ਼ਨ ਬੋਰਡ ਦੀ ਤਰਫ ਤੋਂ ਅੱਜ ਬਹੁਤ ਹੀ ਇੰਪੋਰਟੈਂਟ ਪੰਜ ਨੋਟੀਫਿਕੇਸ਼ਨਸ ਅਪਲੋਡ ਹੋਏ ਹਨ ਪੰਜੋ ਤੇ ਪੰਜੋ ਤੁਹਾਡੇ ਸਭ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹਨ ਤਾਂ ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਦੋ ਨੋਟੀਫਿਕੇਸ਼ਨ ਹਨ ਉਹ ਹਨ ਰਿਕਰੂਟਮੈਂਟ ਦੇ ਰਿਗਾਰਡਿੰਗ ਜੀ ਹਾਂ ਪੀਟ੍ਰਿਪਲਸਬੀ ਨੇ ਫਿਰ ਤੋਂ ਦੁਬਾਰਾ ਤੋਂ ਨਵੀਂ ਰਿਕਰੂਟਮੈਂਟ ਕੱਢਣ ਦੀ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਕਲਰਕ ਅਤੇ ਲੀਗਲ ਕਲਰਕ ਦੀਆਂ ਅਸਾਮੀਆਂ ਆਉਣ ਵਾਲੀਆਂ ਹਨ ਤਾਂ ਗਾਇਸ ਜਿਹੜੇ ਕੈਂਡੀਡੇਟਸ ਬੇਸabri ਨਾਲ ਇੰਤਜ਼ਾਰ ਕਰ ਰਹੇ ਸਨ ਪੀਟਪੀਐਸਬੀ ਰਿਕਰੂਟਮੈਂਟ ਦਾ ਉਹਨਾਂ ਦੇ ਲਈ ਬਹੁਤ ਹੀ ਚੰਗੀ ਖਬਰ ਹੈ ਜਿਨ੍ਹਾਂ ਦੇ ਪਿੱਛੇ ਜੋ ਰਿਜ਼ਲਟ ਆਇਆ ਹੈ ਦੋ ਦਿਨ ਪਹਿਲਾਂ ਉਹਨਾਂ ਦੇ ਵਿੱਚ ਕੁਆਲੀਫਾਈ ਨਹੀਂ ਕਰ ਸਕੇ ਹੁਣ ਉਹਨਾਂ ਦੇ ਲਈ ਮੌਕਾ ਹੈ ਕਿ ਨਵੀਂ ਨਵੀਂ ਰਿਕਰੂਟਮੈਂਟ ਆ ਚੁੱਕੀ ਹੈ ਉਸ ਦੇ ਵਿੱਚ ਤਿਆਰੀ ਕਰ ਲੈਣ ਹੁਣ ਗੱਲ ਕਰਦੇ ਹਾਂ ਡਿਟੇਲ ਵਾਈਜ਼ ਤਾਂ ਗਾਇਸ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਇਸ ਦੀਆਂ ਜੋ ਅਸਾਮੀਆਂ ਉਹ ਹਨ 917 ਇਹ 15 5 2022 15 ਮਈ 2022 ਤੋਂ ਆਨਲਾਈਨ ਐਪਲੀਕੇਸ਼ਨ ਸਟਾਰਟ ਹੋ ਜਾਣਗੀਆਂ ਜਿਵੇਂ ਹੀ ਆਨਲਾਈਨ ਸਟਾਰਟ ਹੋਣਗੀਆਂ ਤੁਹਾਨੂੰ ਇਸ ਦੇ ਬਾਰੇ ਦੱਸ ਦਿੱਤਾ ਜਾਵੇਗਾ ਇਸ ਵੀਡੀਓ ਦੇ ਵਿੱਚ ਸਿਰਫ ਤੁਹਾਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਇਸ ਦੇ ਬਾਰੇ ਵਧੇਰੇ ਜਾਣਕਾਰੀ ਤੁਹਾਨੂੰ ਅੱਗੇ ਜੋ ਨੋਟੀਫਿਕੇਸ਼ਨ ਆਵੇਗਾ ਇਸ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਉਸ ਦੇ ਦੁਆਰਾ ਤੁਹਾਨੂੰ ਸਭ ਦੱਸ ਦਿੱਤਾ ਜਾਵੇਗਾ ਤੇ ਇਸ ਦੇ ਲਈ ਜੋ ਕੁਆਲਿਫੀਕੇਸ਼ਨ ਰਹੇਗੀ ਉਹ ਹੈ ਕਿ ਗ੍ਰੈਜੂਏਸ਼ਨ ਐਨੀ ਡਿਗਰੀ ਅਗਰ ਤੁਹਾਡੇ ਕੋਲ ਕੋਈ ਵੀ ਡਿਗਰੀ ਹੈ ਤਾਂ ਤੁਸੀਂ ਇਸ ਪੋਸਟ ਦੇ ਲਈ एलिजिबल ਹੋਵੋਗੇ ਪਲੱਸ 120 ਘੰਟੇ ਦਾ ਤੁਹਾਡੇ ਕੋਲ ਆਈਐਸਓ ਪ੍ਰਮਾਣਿਤ ਕੰਪਿਊਟਰ ਦਾ ਕੋਰਸ ਹੋਣਾ ਚਾਹੀਦਾ ਹੈ ਅਤੇ 10th ਦੇ ਵਿੱਚ ਪੰਜਾਬੀ ਪੜ੍ਹੀ ਹੋਣੀ ਚਾਹੀਦੀ ਹੈ ਅਗਰ ਤੁਸੀਂ 10th ਵਿੱਚ ਪੰਜਾਬੀ ਨਹੀਂ ਪੜ੍ਹੀ ਤਾਂ ਗਾਇਸ ਤੁਸੀਂ एलिजिबल ਨਹੀਂ ਹੋ ਠੀਕ ਹੈ ਜੀ ਇਸੇ ਤਰ੍ਹਾਂ ਲੀਗਲ ਕਲਰਕ ਦੀ ਗੱਲ ਕਰਦੇ ਹਾਂ ਲੀਗਲ ਕਲਰਕ ਲੀਗਲ ਕਲਰਕ ਦੀਆਂ ਟੋਟਲ 283 ਅਸਾਮੀਆਂ ਆਉਣ ਗਿਆ ਏਵੀ 15 5 2022 ਤੋਂ ਸਟਾਰਟ ਹੋ ਜਾਣਗੀਆਂ ਦੋਨਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਦੋਨਾਂ ਦੇ ਲਈ ਗ੍ਰੈਜੂਏਸ਼ਨ ਚਾਹੀਦੀ ਹੈ ਤੇ ਦੋਨਾਂ ਦੇ ਲਈ ਸੇਮ ਪੈਟਰਨ ਸੇਮ ਐਗਜ਼ਾਮ ਹੋਵੇਗਾ ਅਤੇ ਐਗਜ਼ਾਮ ਡੇਟ ਜੋ ਹਨ ਉਹ ਅਲੱਗ-ਅਲੱਗ ਹੋਣਗੀਆਂ ਠੀਕ ਹੈ ਜੀ ਤੇ ਇਹਨਾਂ ਦਾ ਸੈLECTION ਪ੍ਰੋਸੈਸ ਜੋ ਪਿਛਲੀ ਵਾਰ ਹੋਇਆ ਸੀ ਜੋ ਚੱਲ ਵੀ ਰਿਹਾ ਹੈ ਸਭ ਤੋਂ ਪਹਿਲਾਂ ਰਿਟਰਨ ਇਗਜ਼ਾਮ ਹੋਵੇਗਾ ਉਸ ਤੋਂ ਬਾਅਦ ਤੁਹਾਡਾ ਟਾਈਪਿੰਗ ਟੈਸਟ ਲਿਆ ਜਾਵੇਗਾ ਰਿਟਰਨ ਟੈਸਟ ਚੋਂ ਕੁਆਲੀਫਾਈ ਕਰਨ ਵਾਲੇ ਕੈਂਡੀਡੇਟਸ ਨੂੰ ਟਾਈਪਿੰਗ ਦੇ ਲਈ ਬੁਲਾਇਆ ਜਾਏਗਾ ਅਤੇ ਟਾਈਪਿੰਗ ਕੁਆਲੀਫਾਈ ਕਰਨ ਵਾਲੇ ਕੈਂਡੀਡੇਟਸ ਨੂੰ ਫਾਈਨਲ ਰਿਜ਼ਲਟ ਅਨਾਉਂਸ ਕੀਤਾ ਜਾਵੇਗਾ ਠੀਕ ਹੈ ਜੀ ਤਾਂ ਇਸ ਦੇ ਬਾਰੇ ਵਧੇਰੇ ਜਾਣਕਾਰੀ ਤੁਹਾਨੂੰ ਜਿਵੇਂ ਹੀ ਆਫੀਸ਼ੀਅਲ ਨੋਟੀਫਿਕੇਸ਼ਨ ਆਵੇਗਾ ਉਸ ਦੇ ਵਿੱਚ ਦੱਸ ਦਿੱਤਾ ਜਾਵੇਗਾ ਹੁਣ ਗੱਲ ਕਰਦੇ ਹਾਂ ਅਗਲੇ ਨੋਟੀਫਿਕੇਸ਼ਨ ਦੀ ਤਾਂ ਗਾਇਜ਼ ਅਗਲਾ ਨੋਟੀਫਿਕੇਸ਼ਨ ਹੈ ਜੂਨੀਅਰ ਡਰਾਫਟਸਮੈਨ ਸਿਵਲ ਦਾ ਜੋ ਐਗਜ਼ਾਮ ਹੋਇਆ ਸੀ 4 10 2021 ਨੂੰ ਅਤੇ 18 19 ਦਸੰਬਰ 2021 ਨੂੰ ਸਕਿੱਲ ਟੈਸਟ ਹੋਇਆ ਸੀ ਉਸ ਦਾ ਕੰਬਾਈਨਡ ਫਾਈਨਲ ਰਿਜ਼ਲਟ ਅਨਾਉਂਸ ਹੋ ਚੁੱਕਿਆ ਹੈ ਤਾਂ ਜਿਹੜੇ ਕੈਂਡੀਡੇਟਸ ਜਿਨ੍ਹਾਂ ਨੇ ਐਗਜ਼ਾਮ ਦਿੱਤਾ ਸੀ ਸਕਿੱਲ ਟੈਸਟ ਦਿੱਤਾ ਸੀ ਉਹ ਆਪਣੇ ਆਪਣੇ ਮਾਰਕ ਚੈੱਕ ਕਰ ਸਕਦੇ ਹਨ ਅਤੇ ਦੇਖ ਸਕਦੇ ਹਨ ਕਿ ਉਹ ਕੁਆਲੀਫਾਈ ਹੋਏ ਹਨ ਜਾਂ ਨਹੀਂ ਹੋਏ ਠੀਕ ਹੈ ਜੀ ਟੋਟਲ 44 ਪੇਜ ਹਨ ਸਾਰੇ ਕੈਂਡੀਡੇਟ ਜਿਨਾਂ ਨੇ ਸਕਿੱਲ ਟੈਸਟ ਦਿੱਤਾ ਸੀ ਉਹਨਾਂ ਦੀ ਲਿਸਟ ਅਪਲੋਡ ਹੋ ਚੁੱਕੀ ਹੈ ਤਾਂ ਜਿਨਾਂ ਨੇ ਇਸ ਐਗਜ਼ਾਮ ਦੇ ਵਿੱਚ ਬੈਠੇ ਸਨ ਉਹ ਆਪਣਾ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹਨ ਨੋਟੀਫਿਕੇਸ਼ਨ ਨੰਬਰ 3 ਤਾ ਇਹ ਨੋਟੀਫਿਕੇਸ਼ਨ ਵੀ ਜੂਨੀਅਰ ਡਰਾਫਟਸਮੈਨ ਮਕੈਨਿਕਲ ਦੇ ਰਿਗਾਰਡਿੰਗ ਹੈ ਇਸ ਦਾ ਵੀ ਜੋ 4 10 ਨੂੰ ਐਗਜ਼ਾਮ ਹੋਇਆ ਸੀ ਇਸ ਦੀ ਵੀ ਅਲੱਗ ਤੋਂ ਕੰਬਾਈਨਡ ਲਿਸਟ ਅਪਲੋਡ ਹੋ ਚੁੱਕੀ ਹੈ ਕਿਹੜੇ ਕਿਹੜੇ ਕੈਂਡੀਡੇਟਸ ਨੇ ਕੁਆਲੀਫਾਈ ਕੀਤਾ ਹੈ ਅਤੇ ਕਿਹੜੇ ਕੈਂਡੀਡੇਟਸ ਨੇ ਕੁਆਲੀਫਾਈ ਨਹੀਂ ਕੀਤਾ ਤਾਂ ਅਗਰ ਤੁਸੀਂ ਜੂਨੀਅਰ ਡਰਾਫਟਸਮੈਨ ਮਕੈਨਿਕਲ ਦੇ ਲਈ ਗਏ ਸੀ 18 12 2021 ਨੂੰ ਸਕਿੱਲ ਟੈਸਟ ਦੇ ਲਈ ਤਾਂ ਤੁਸੀਂ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤਾਂ ਪੰਜਵਾਂ ਤੇ ਆਖਰੀ ਜੋ ਨੋਟੀਫਿਕੇਸ਼ਨ ਹੈ ਉਹ ਹੈ ਜੀ ਜੂਨੀਅਰ ਡਰਾਫਟਸਮੈਨ ਆਰਕੀਟੈਕਚਰ ਦੇ ਰਿਗਾਰਡਿੰਗ ਇਸ ਦਾ ਵੀ ਜੋ ਸਕਿੱਲ ਟੈਸਟ 18 12 2021 ਨੂੰ ਹੋਇਆ ਸੀ ਉਸ ਦੇ ਰਿਗਾਰਡਿੰਗ ਅਗਰ ਤੁਸੀਂ ਇਗਜ਼ਾਮ ਦਿੱਤਾ ਸੀ ਤਾਂ ਅੱਜ ਤੁਸੀਂ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹੋ ਕੁਆਲੀਫਾਈਡ ਹੋ ਜਾਂ ਨਹੀਂ ਹੋ ਠੀਕ ਹੈ ਜੀ ਤਾਂ ਇਹ ਪੰਜੋਂ ਨੋਟੀਫਿਕੇਸ਼ਨ ਤੁਹਾਨੂੰ ਦੱਸਣੇ ਜ਼ਰੂਰੀ ਸਨ ਅਗਰ ਇਹ ਵੀਡੀਓ ਅੱਛੀ ਲੱਗੀ ਤਾਂ ਲਾਈਕ ਕਰੋ ਸਬਸਕ੍ਰਾਈਬ ਕਰੋ ਅਤੇ ਕੋਈ ਤੁਹਾਡੀ ਕੋਈ ਹੈ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਤੁਹਾਨੂੰ ਪਤਾ ਤੁਹਾਡੇ ਸਭ ਦੇ ਕਮੈਂਟਸ ਦਾ ਰਿਪਲਾਈ ਕੀਤਾ ਜਾਂਦਾ ਹੈ ਅਤੇ ਕੀਤਾ ਜਾਵੇਗਾ ਓਕੇ ਗਾਇਸ ਤੁਸੀਂ ਮੈਨੂੰ ਆਪਣਾ ਸਮਾਂ ਦਿੱਤਾ ਉਸ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ so much